ਸ਼ਰਾਬ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਅੱਜ ਦੇ ਜਿਹੜਾ ਮਾਡਰਨ ਜ਼ਮਾਨਾ ਇਹਦੇ ਵਿੱਚ ਆਮ ਤੌਰ ਦੇ ਉੱਤੇ ਲੋਕ ਪੀਂਦੇ ਆ ਅਤੇ ਕਈ ਵਾਰੀ ਇਹਨੂੰ ਨਸ਼ਾ ਵੀ ਨਹੀਂ ਮੰਨਿਆ ਜਾਂਦਾ, ਲੀਗਲੀ ਵਿਕਦੀ ਆ ਇਹ, ਲੋਕ ਲੈਂਦੇ ਆ ਪੀਂਦੇ ਆ। ਪਰ ਦੱਸਦੇ ਆ ਕਿ ਕਿਤੇ ਨਾ ਕਿਤੇ ਇੱਕ ਬਿਮਾਰੀ ਵੀ ਆ, ਸਾਰੇ ਲੋਕਾਂ ਦੇ ਵਿੱਚ ਨਹੀਂ ਪਰ ਕੁਛ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਜਿਹਨੂੰ ਅਲਕੋਹਲ ਯੂਜ਼ ਡਿਸਆਰਡਰ ਕਹਿੰਦੇ ਆ, AUD। ਅਲਕੋਹਲ ਯੂਜ਼ ਡਿਸਆਰਡਰ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਅਤੇ ਇਹ ਵੀ ਨਹੀਂ ਪਤਾ ਕਿ ਇਹਦਾ ਇਲਾਜ ਹੋ ਸਕਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਇੱਕ ਰਿਸਰਚਰ ਆ, ਉਹਨਾਂ ਨੇ ਇੱਕ ਮਤਲਬ ਇਹ ਕੱਢ ਕੇ ਗੱਲਬਾਤ ਲਿਆਂਦੀ ਆ ਅਤੇ ਕਿ ਬਹੁਤ ਵੱਡਾ ਗੈਪ ਆ ਲੋਕਾਂ ਦੇ ਵਿੱਚ, ਅਵੇਅਰਨੈਸ ਹੈ ਨਹੀਂ ਅਤੇ ਸਟਿਗਮਾ ਆ ਇੱਕ ਇਸ ਚੀਜ਼ ਦੇ ਬਾਰੇ। ਫਾਇੰਡਿੰਗ ਜਿਹੜੀਆਂ ਪਬਲਿਸ਼ ਕੀਤੀਆਂ ਗਈਆਂ BC ਸੈਂਟਰ ਔਨ ਸਬਸਟੈਂਸ ਯੂਜ਼ ਦੇ ਵਿੱਚ, ਜਿਹੜੇ ਇਹ ਦੱਸਦੇ ਆ ਕਿ 5% ਤੋਂ ਵੀ ਘੱਟ ਲੋਕ ਜਿਨ੍ਹਾਂ ਨੂੰ ਇਹ ਡਿਸਆਰਡਰ ਆ ਉਹ ਜਿਹੜੀ ਟ੍ਰੀਟਮੈਂਟ ਲੈਂਦੇ ਆ, 5% ਤੋਂ ਵੀ ਘੱਟ। ਸਟੱਡੀ ਦੇ ਲਈ ਇਹਨਾਂ ਨੇ ਜਿਹੜੇ ਲਗਭਗ 20% ਸੈਂਪਲ ਲਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2015 ਤੋਂ ਲੈ ਕੇ 2019 ਦੇ ਵਿੱਚ, ਇਹ ਦੇਖਣ ਦੇ ਲਈ ਕਿ ਜਿਹੜਾ ਕ੍ਰਾਈਟੀਰੀਆ ਆ ਉਹ ਮੋਡਰੇਟ ਤੋਂ ਲੈ ਕੇ ਬਹੁਤ ਸਵੀਅਰ ਜਿਹੜਾ ਅਲਕੋਹਲ ਯੂਜ਼ ਡਿਸਆਰਡਰ ਆ ਇਸ ਮਾਮਲੇ ਦੇ ਵਿੱਚ ਫਿੱਟ ਬੈਠਦਾ ਆ। ਇਹ ਜਿਹੜਾ AUD ਆ ਜਾਂ ਅਲਕੋਹਲ ਯੂਜ਼ ਡਿਸਆਰਡਰ, ਇਹਨੂੰ ਇੱਕ ਕਰੋਨਿਕ ਅਤੇ ਜਿਹੜੀ ਰਿਲੈਪਸਿੰਗ ਕੰਡੀਸ਼ਨ ਕਹਿੰਦੇ ਆ, ਜਿਹਦੇ ਵਿੱਚ ਕਲੀਨਿਕ ਗਾਈਡਲਾਈਨਸ ਰੈਕਮੈਂਡ ਕਰਦੀਆਂ ਹੈ ਕਿ ਘੱਟੋ ਘੱਟ 3 ਤੋਂ ਲੈ ਕੇ 6 ਮਹੀਨੇ ਦਾ ਇਹਦਾ ਇਲਾਜ ਆ, ਫਾਰਮਾਸੂਟੀਕਲ ਇੰਟਰਵੈਂਸ਼ਨ ਆ, ਪਹਿਲੀ ਲਾਈਨ ਫਸਟ ਲਾਈਨ ਟ੍ਰੀਟਮੈਂਟ ਦੇ ਲਈ ਦਵਾਈ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਮੈਡੀਕੇਸ਼ਨ ਹੁੰਦੀ ਔਰ 3 ਤਰ੍ਹਾਂ ਦੀ ਇਹ ਸ਼ਰਾਬ ਛੁਡਾਉਣ ਦੇ ਲਈ ਦਵਾਈ ਜਾਂ ਇਹ ਜਿਹੜੇ ਡਿਸਆਰਡਰ ਹੁੰਦੇ ਅਲਕੋਹਲ ਰਿਲੇਟਡ ਇਹਦੇ ਲਈ ਇਹ ਦਵਾਈ ਦਿੰਦੇ ਆ। ਜਿਹੜੀ ਨਾਲਟਰੀਸੋਨ, ਐਕਮਾਪ੍ਰੋਸਟੇਟ ਅਤੇ ਡਿਸੂਫਲਰਮ, ਹੁਣ ਇਹ ਜਿਹੜੀਆਂ 3 ਮੈਡੀਕੇਸ਼ਨਸ ਆ ਇਹਨਾਂ ਨੂੰ ਹੈਲਥ ਕੈਨੇਡਾ ਨੇ ਅਪਰੂਵ ਕੀਤਾ ਆ ਅਤੇ ਇਹਨਾਂ ਦਾ ਗੋਲਡ ਸਟੈਂਡਰਡ ਆ AUD ਟ੍ਰੀਟਮੈਂਟ ਦੇ ਲਈ। ਸਟੱਡੀ ਦੇ ਵਿੱਚ ਇਹ ਦੱਸਿਆ ਗਿਆ, ਪਰ ਰੌਲਾ ਇਹ ਆ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਇਹ ਦੱਸਦੇ ਆ ਕਿ ਕੁਛ ਲੋਕਾਂ ਦੇ ਵਿੱਚ ਸ਼ਰਾਬ ਦੀ ਲੱਤ ਹੁੰਦੀ ਆ, ਬਿਮਾਰੀ ਹੁੰਦੀ ਆ, ਉਹ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕਦੇ। ਜਦੋਂ ਸ਼ਰਾਬ ਪੀਂਦੇ ਆ ਫਿਰ ਜਿੰਨਾ ਚਿਰ ਉਹ ਬੇਸੁੱਧ ਹੋ ਕੇ ਡਿੱਗਣੀ ਪੈਂਦੀ ਉਨਾ ਚਿਰ ਸ਼ਰਾਬ ਪੀ ਜਾਂਦੇ ਆ। ਇਸ ਗੱਲ ਦੇ ਵਿੱਚ ਦੱਸਦੇ ਆ ਕਿ ਉਹਨਾਂ ਦਾ ਕਸੂਰ ਨਹੀਂ ਹੁੰਦਾ, ਅਸਲ ਦੇ ਵਿੱਚ ਉਹਨਾਂ ਦੀ ਬੋਡੀ ਦੇ ਵਿੱਚ ਡਿਜ਼ੀਜ਼ ਹੀ ਇੱਦਾਂ ਦੀ ਹੁੰਦੀ ਆ ਕਿ ਉਹ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕਦੇ। ਅਤੇ ਕੁਛ ਲੋਕਾਂ ਦੇ ਵਿੱਚ ਨਹੀਂ ਹੁੰਦੀ ਹੈ। ਕਿਉਂ ਹੁੰਦੀ ਆ ਬਿਮਾਰੀ? ਇਹ ਜਨਮ ਤੋਂ ਹੀ ਕਹਿੰਦੇ ਕਈ ਵਾਰੀ ਹੁੰਦੀ, ਮਤਲਬ ਜੇ ਕੋਈ ਬੰਦਾ ਸਾਰੀ ਉਮਰ ਸ਼ਰਾਬ ਹੀ ਨਹੀਂ ਪੀਂਦਾ, ਹੋ ਸਕਦਾ ਉਹਦੇ ਅੰਦਰ ਇਹ ਬਿਮਾਰੀ ਹੋਵੇ ਪਰ ਉਹ ਸ਼ਰਾਬ ਹੀ ਨਾ ਪੀਵੇ ਅਤੇ ਇਹ ਠੀਕ ਠਾਕ ਰਹਿ ਸਕਦਾ। ਪਰ ਜੇ ਉਹਨੇ ਇੱਕ ਵਾਰੀ ਸ਼ਰਾਬ ਪੀ ਲਈ ਤਾਂ ਫਿਰ ਉਹਦੇ ਤੋਂ ਬਾਅਦ ਉਹਦੇ ਲਈ ਰੁਕਣਾ ਮੁਸ਼ਕਲ ਹੋ ਜਾਂਦਾ। ਜਾਂ ਤਾਂ ਇਹ ਨਹੀਂ ਪੀਣਗੇ ਬਿਲਕੁਲ, ਜੇ ਪੀਣਗੇ ਤਾਂ ਫਿਰ ਲਗਾਤਾਰ ਪੀਣਗੇ, ਇਹ ਕੰਟਰੋਲ ਦੇ ਵਿੱਚ ਨਹੀਂ ਰਹਿੰਦੇ। ਇਹਨੂੰ ਇੱਕ ਬਿਮਾਰੀ ਬਹੁਤ ਲੰਬਾ ਸਮਾਂ ਮੰਨ ਲਿਆ ਗਿਆ ਸੀ ਅਤੇ ਹੁਣ ਜਿਹੜੀ ਇਹ ਸਮੱਸਿਆ ਆ AUD ਦੀ, ਇਹਦੇ ਲਈ ਵੀ ਲੋਕਾਂ ਦੇ ਵਿੱਚ ਕਿਉਂਕਿ ਅਵੇਅਰਨੈਸ ਹੈ ਨਹੀਂ ਗੀ, ਲੋਕਾਂ ਨੂੰ ਜਾਣਕਾਰੀ ਹੈ ਨਹੀਂ ਗੀ, ਇਹ ਵੀ ਇੱਕ ਵੱਡੀ ਸਮੱਸਿਆ ਬਣਦੀ ਆ ਕਿ ਜਦੋਂ ਉਹਨਾਂ ਨੂੰ ਇਹ ਹੀ ਨਹੀਂ ਪਤਾ AUD ਬਾਰੇ ਅਤੇ ਫਿਰ ਇਹਦੀ ਜਿਹੜੀ ਟ੍ਰੀਟਮੈਂਟ ਕਿਸ ਤਰੀਕੇ ਨਾਲ ਲਈ, ਇਹਦਾ ਇਹਦੇ ਬਹੁਤ ਨੁਕਸਾਨ ਬਹੁਤ ਨੇ ਸ਼ਰਾਬ ਦੇ। ਇਹ ਬਹੁਤ ਪੁਰਾਣਾ ਮਤਲਬ ਕਿ ਜਿਹੜਾ ਸਾਈਕੋਐਕਟਿਵ ਇੱਕ ਸਬਸਟਾਂਸ ਆ ਜਿਹੜਾ ਲੋਕ ਯੂਜ਼ ਕਰਦੇ, ਬਹੁਤ ਪੁਰਾਣਾ ਇਹਦਾ ਇਤਿਹਾਸ ਆ ਸ਼ਰਾਬ ਦਾ, ਵੱਖ ਵੱਖ ਤਰੀਕਿਆਂ ਦੇ ਨਾਲ ਇਹਨੂੰ ਹਜ਼ਾਰਾਂ ਸਾਲਾਂ ਤੋਂ ਲੋਕ ਲੈਂਦੇ ਆਏ ਆ। ਅਲਕੋਹਲ ਹੁੰਦੀ ਆ ਬੇਸਿਕਲੀ ਇਹਦੇ ਵਿੱਚ, ਅਲਕੋਹਲ ਵੀ ਇਥੇਨੋਲ ਹੁੰਦੀ ਆ ਜਿਹੜੀ ਮਤਲਬ ਖੰਡ ਦੀ ਜਾਂ ਈਸਟ ਦੇ ਨਾਲ ਉਹਦੀ ਫਰਮੈਂਟੇਸ਼ਨ ਕਰਕੇ ਅਤੇ ਬਣਾਈ ਜਾਂਦੀ ਆ। ਮੋਡਰੇਟ ਜਿਹੜੀ ਅਲਕੋਹਲ ਜਿਹੜੀ ਕੰਜ਼ੰਪਸ਼ਨ ਆ ਉਹਦੇ ਨਾਲ ਕੁਛ ਹੈਲਥ ਬੈਨੀਫਿਟ ਮੰਨੇ ਜਾਂਦੇ ਆ, ਵੀ ਇਹ ਹਾਰਟ ਡਿਜ਼ੀਜ਼ ਦਾ ਰਿਸਕ ਜਾਂ ਕੋਈ ਹੋਰ ਤਰ੍ਹਾਂ ਦੀ ਗੱਲਬਾਤ ਕਰਦੀ ਹੈ, ਪਰ ਇਹ ਕਦੇ ਵੀ ਰੈਕਮੈਂਡ ਨਹੀਂ ਕੀਤੀ ਜਾਂਦੀ ਪੀਣ ਦੇ ਲਈ। ਜ਼ਿਆਦਾ ਅਲਕੋਹਲ ਜਿਹੜੀ ਪੀਣੀ ਉਹਦੇ ਨਾਲ ਕਈ ਹੈਲਥ ਪ੍ਰੋਬਲਮਸ ਹੁੰਦੀਆਂ ਆ। ਜਿਹੜੀ ਲੀਗਲ ਡਰਿੰਕਿੰਗ ਏਜ ਆ ਉਹ ਹਰ ਦੇਸ਼ ਦੇ ਵਿੱਚ ਵੱਖਰੀ ਆ, ਕਹਿ ਤੇ ਤੁਸੀਂ ਪੀ ਸਕਦੇ ਆ ਅਤੇ ਨਹੀਂ ਪੀ ਸਕਦੇ। ਜਿਹੜਾ ਸੈਂਟਰਲ ਨਰਵਸ ਸਿਸਟਮ ਦਾ ਡਿਪਰੈਸੈਂਟ ਆ ਇਹ, ਮਤਲਬ ਇਹ ਆ ਕਿ ਤੁਹਾਡੇ ਬ੍ਰੇਨ ਦੀ ਐਕਟੀਵਿਟੀ ਨੂੰ ਸਲੋ ਡਾਊਨ ਕਰ ਦਿੰਦੀ ਆ, ਤੁਹਾਡੀ ਜਜਮੈਂਟ ਇੰਪੇਅਰਡ ਹੋ ਜਾਂਦੀ, ਤੁਹਾਨੂੰ ਪਤਾ ਨਹੀਂ ਲੱਗਦਾ, ਤੁਸੀਂ ਕਾਰ ਨਹੀਂ ਚਲਾ ਸਕਦੇ, ਤੁਸੀਂ ਕੋਆਰਡੀਨੇਟ ਨਹੀਂ ਕਰ ਸਕਦੇ, ਤੁਹਾਡਾ ਰਿਐਕਸ਼ਨ ਟਾਈਮ ਵੱਧ ਜਾਂਦਾ, ਤੁਹਾਨੂੰ ਦਿਸਦਾ ਮੂਹਰੇ ਕੁਛ ਆ ਗਿਆ, ਤੁਸੀਂ ਬ੍ਰੇਕ ਲਾਉਣੀ ਹੋ, ਲਾਉਂਦਿਆਂ ਨੇ ਟਾਈਮ ਲਾ ਦੇਣਾ ਅਤੇ ਬੰਦੇ ਦਾ ਐਕਸੀਡੈਂਟ ਹੋ ਜਾਂਦਾ। ਜਦੋਂ ਕੋਈ ਲੇਡੀ ਪ੍ਰੈਗਨੈਂਟ ਆ ਉਦੋਂ ਅਲਕੋਹਲ ਦਾ ਯੂਜ਼ ਕਰਦੀ ਆ ਤਾਂ ਉਹਦੇ ਬਹੁਤ ਜਿਹੜੇ ਮਾੜੇ ਇਫੈਕਟ ਨੇ, ਫੀਟਲ ਅਲਕੋਹਲ ਸਪੈਕਟ੍ਰਮ ਡਿਸਆਰਡਰ ਕਹਿੰਦੇ ਆ ਇਹਨੂੰ, ਜਿਹਦੇ ਨਾਲ ਮਤਲਬ ਬੱਚੇ ਨੂੰ ਲਾਈਫ ਲੌਂਗ ਸਮੱਸਿਆਵਾਂ ਆ ਸਕਦੀਆਂ। ਇਹ ਜਿਹੜੇ ਲਿਵਰ ਜਿਹੜਾ ਇਹ ਮੈਟਾਬਲਾਈਜ਼ ਹੁੰਦੀ ਆ ਲਿਵਰ ਦੇ ਵਿੱਚ ਤੁਹਾਡੇ, ਅਤੇ ਇਹਦਾ 1 ਘੰਟਾ ਲੱਗਦਾ ਇੱਕ ਬੋਡੀ ਦੇ ਵਿੱਚ ਇਹਨੂੰ ਸਟੈਂਡਰਡ ਡਰਿੰਕ ਨੂੰ ਪ੍ਰੋਸੈਸ ਕਰਨ ਦੇ ਲਈ। ਸੋ ਇਹਦੇ ਨੁਕਸਾਨ ਬਹੁਤ ਜ਼ਿਆਦਾ ਆ, ਇਹਦਾ ਸੋਸ਼ਲ ਅਤੇ ਕਲਚਰਲ ਐਕਟੀਵਿਟੀਜ਼ ਦੇ ਵਿੱਚ ਭਾਵੇਂ ਰੋਲ ਬਹੁਤ ਜ਼ਿਆਦਾ ਆ, ਪਰ ਫਿਰ ਵੀ ਜਿਹੜਾ AUD ਆ ਉਹਦੇ ਕਰਕੇ ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਕਾਫੀ ਜ਼ਿਆਦਾ ਆ ਰਹੀਆਂ ਔਰ ਲੋਕਾਂ ਨੂੰ ਇਹਦੀਆਂ ਸਮੱਸਿਆਵਾਂ ਬਾਰੇ ਪਤਾ ਨਹੀਂ। ਵਿਗਿਆਨੀਆਂ ਦੀਆਂ ਕਈ ਧਾਰਨਾਵਾਂ ਵੱਖ ਵੱਖ ਸਮੇਂ ਦੇ ਉੱਤੇ ਬਦਲਦੀਆਂ ਰਹਿੰਦੀਆਂ, ਕੋਈ ਕਹਿੰਦਾ ਵੀ ਇੰਨੀ ਸ਼ਰਾਬ ਪੀ ਲਓ ਅਤੇ ਆਹ ਨਹੀਂ ਹੁੰਦਾ, ਕੋਈ ਰੈੱਡ ਵਾਈਨ ਦੀ ਰੈਕਮੈਂਡ ਕਰਦਾ, ਪਰ ਓਵਰਆਲ ਇਹਦਾ ਨੁਕਸਾਨ ਦੱਸਿਆ ਜਾਂਦਾ ਆ ਸਿਹਤ ਦੇ ਉੱਤੇ।
तो जे किसी कोई ये समस्या हैगी है AUD तो उन्हों जरूर अपने आले दुआले निगाह मारनी चाहिए आ ते किथे भी जिथे ट्रीटमेंट हैगी उदे करवाना चाहिए आ। जिहड़ा व्यक्ति भी शराब पींदा उन्हों घट्टो घट्ट पता होना चाहिए भी मैनू जिहड़ा AUD हैगा आ जां नहीं हैगा, जे हैगा आ तां उहदी ट्रीटमेंट कित्थों होणी है, किहड़े सिम्पटम आ, किहड़े लक्षण आ जिहदे तों जिहड़ा इहदा अलकोहल यूज डिसऑर्डर दा पता लगेगा। ये बारे जे तुहानूं जानकारी होवे तां सरकार दीआं बहुत सारीआं सहूलतां ने, ट्रीटमेंट्स ने जिहड़ियां अवेलेबल ने, 3 दीआं दवाइयां ने जिहड़ियां अवेलेबल ने, उहनूं वक्खरे वक्खरे तरीके दे नाल कीता जांदा, पर आम तौर दे उत्ते जिद्दां कि हुंदा ही आ शराब नूं नशा नहीं मन्निया जांदा। शराब साडे सभ्याचार दे विच वी इक, हर एक सभ्याचार दे विच इक अंग बन चुकी है। वड्डे वड्डे जिहड़े प्रेजिडेंट, प्राइम मिनिस्टर जां मिलटरी दे ऑफिसर ने जदों उह मिलदे ने तां उत्थे वी इह इक उस सभ्याचार दे हिस्से वजों पेश कीती जांदी है। पर जे किसी नूं इह इन्ना ज़्यादा नुकसान करदी आ जां उहनूं कोई इहदे नाल रिलेटड डिसऑर्डर हैगा उहदे बारे जानकारी जरूर होनी चाहीदी है, नहीं तां इहदे नाल सेहत दे उत्ते पैण वाले बुरे प्रभाव होर ज़्यादा ਵਧ ਸਕਦੇ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।